ਕਮਾ ਵੀਰੇ ਜੀ ਆਇਆਂ ਨੂੰ ਤੁਹਾਡਾ ਲਾਈਵ ਕਬੱਡੀ ਤੇ ਥੈਂਕ ਯੂ ਭਾਜੀ ਕਬੱਡੀ ਲਾਈਵ ਦਾ ਬਹੁਤ ਬਹੁਤ ਸਾਰੀ ਪਬਲਿਕ ਦਾ ਤੇ ਤੁਹਾਡੇ ਚੈਨਲ ਦਾ ਸਪੈਸ਼ਲ ਥੈਂਕ ਯੂ ਜੀ ਨੇ ਮਾਣ ਬਖਸ਼ਿਆ ਪਹਿਲਾਂ ਤਾਂ ਦੋ ਦੋ ਲਾਸਟ ਤੇ ਤੀਜੀ ਵੀ ਪੈ ਗਈ ਆਨੰਦ ਆਇਆ ਮੈਚ ਖੇਡਣ ਦਾ ਮੈਂ ਕਹਿੰਦਾ ਭਾਜੀ ਜਦੋਂ ਲੋਕਾਂ ਦਾ ਪਿਆਰ ਹੋਵੇ ਬਾਕੀ ਆਸ਼ੀਰਵਾਦ ਹੋਵੇ ਤੇ ਗੁਰੂ ਮਹਾਰਾਜ ਦਾ ਤੇ ਮੈਂ ਕਹਿੰਦਾ ਵੀ ਦਿਲੋਂ ਖੇਡੇ ਮੈਚ ਸਵਾਦ ਆ ਗਿਆ ਹਾਂਜੀ ਭਾਜੀ ਥੈਂਕ ਯੂ ਇੱਕ ਜਿਵੇਂ ਪੁਲਿਸ ਦੇ ਵਿੱਚ ਵੀ ਆ ਤੁਸੀਂ ਜਦੋਂ ਵੀ ਪੁਲਸੀਆ ਮੁੰਡਾ ਆ ਗਿਆ ਪੁਲਿਸ ਵਾਲਿਆਂ ਦਾ ਥੋੜਾ ਰੋਬ ਹੁੰਦਾ ਪਰ ਬੜੇ ਠੰਡੇ ਮਿਜਾਜ ਨਾਲ ਨਰਮ ਸੁਭਾਅ ਨਾਲ ਰੇਡਾਂ ਪਾਉਂਦੇ ਕਿਵੇਂ ਇਹ ਚੀਜ਼ ਹਾਂਜੀ ਭਾਜੀ ਗੱਲ ਪੰਜਾਬ ਪੁਲਿਸ ਦੀ ਹੈ ਸਲਿਊਟ ਹੈ ਪੰਜਾਬ ਪੁਲਿਸ ਨੂੰ ਤੇ ਚੱਲ ਰਹੀ ਹੈ ਜਿੰਨੇ ਵੀ ਐਕਟੀਵਿਟੀਆਂ ਕਰ ਰਹੀ ਹੈ ਉਹਨਾਂ ਲਾ ਏ ਕਲਾਸ ਨੇ ਤੇ ਥੈਂਕ ਯੂ ਕਰਦਾ ਮੈਂ ਪੰਜਾਬ ਪੁਲਿਸ ਦਾ ਤੇ ਸਾਰਿਆਂ ਨੂੰ ਲੱਭ ਜੀ ਭਾਜੀ ਇੱਕ ਮਾਲਾ ਹੀ ਪੂਰਾ ਨਾਮ ਆ ਜਾਂ ਪੂਰਾ ਨਾਮ ਕੀ ਉਹ ਦੱਸੋ ਤੇ ਇੱਕ ਕਿਹੜਾ ਮੈਚ ਸੀਗਾ ਜ਼ਿੰਦਗੀ ਦਾ ਵੀ ਜਿੱਥੋਂ ਚਰਚਾ 'ਚ ਆ ਗਿਆ ਵੀ ਯਾਰ ਖਿਡਾਰੀ ਚਰਚਿਤ ਹੋ ਗਿਆ ਭਾਜੀ ਮੇਰਾ ਨਾਮ ਪੂਰਾ ਮਲਵਿੰਦਰ ਸਿੰਘ ਹੈ ਪਿੰਡ ਮੇਰਾ ਗੋਬਿੰਦਪੁਰ ਹੈ ਤੇ ਮੇਰੇ ਸਰਦਾਰ ਕਨੈਲ ਸਿੰਘ ਚਾਚਾ ਜੀ ਨੇ ਉਹਨਾਂ ਨੇ ਮੈਨੂੰ ਕਬੱਡੀ ਵੱਲ ਲੈ ਕੇ ਆਏ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਮਾਸਟਰ ਜੀ ਮੈਨੂੰ 10ਵੀਂ ਤੱਕ ਪੜ੍ਹਾਇਆ ਉਹਨਾਂ ਨੇ ਮੈਨੂੰ ਬਰੀਕੀਆਂ ਦੱਸੀਆਂ ਤੇ ਮੇਰਾ ਉਸਤਾਦ ਆ ਸੱਤੂ ਦਿਆਲਪੁਰਾ ਬਾਕੀ ਸਾਡੀ ਸ਼ਾਹਕੋਟ ਦੀ ਟੀਮ ਸੰਦੀਪ ਬਾਈ ਸਵਰਗਵਾਸੀਆਂ ਨੰਗਲੰਬੀਆਂ ਤੇ ਆਪਣੀ ਇੰਦਰਪਾਲ ਕੋਚ ਸਾਹਿਬ ਆਪਣੇ ਹਾਂਜੀ ਤੇ ਬਾਕੀ ਇਹ ਹੈ ਭਾਜੀ ਮੈਂ ਪਹਿਲਾਂ ਸ਼ੁਰੂ ਤੋਂ ਨਰੋਲ ਪਿੰਡ ਖੇਡਿਆ ਤੇ ਮੈਂ ਬੇਟ ਇੱਕ ਦੋ ਮੈਚ ਖੇਡ ਕੇ 70 ਕਿਲੋ ਮੈਂ ਵਧੀਆ ਖੇਡੀ ਤੇ ਮੈਂ ਖੇਡਿਆ ਪਿੰਡ ਦੀ ਅਨਰੋਲ ਮੇਰੇ ਨਾਲ ਰੇਡਰ ਨਹੀਂ ਹੁੰਦਾ ਸੀ ਇੱਕ ਮੁੰਡਾ ਹੁੰਦਾ ਸੀ ਤੇ ਉਹ ਜਦੋਂ ਲੋੜ ਪੈਂਦੀ ਤਾਂ ਪਾਉਂਦਾ ਨਹੀਂ ਮੈਂ ਇਕੱਲਾ ਹੀ ਪਾਉਂਦਾ ਕਬੱਡੀਆਂ ਤੇ ਬਸ ਖੇਡਦਾ ਬਾਬੇ ਦੀ ਮੇਰੇ ਨਾਲ ਮੈਂ 70 ਵੀ ਫਾਸਟ ਤੇ ਓਪਨ ਵੀ ਫਾਸਟ ਨਾਲ ਹੁੰਦੀ ਸੀ ਕਾਲੀ ਦੀ ਟੀਮ 'ਚ ਮੈਂ ਲੰਮਾ ਸਮਾਂ ਖੇਡਿਆ ਜੀ ਹਾਂਜੀ ਜਦੋਂ ਇੰਨੇ ਛੋਟੇ ਵੇਟ ਖੇਡਦੇ ਆ ਬਹੁਤ ਖਿਡਾਰੀ ਇੱਥੇ ਇਹੋ ਜਿਹੇ ਆ ਵੀ 32 ਕਿਲੋ 'ਚੋਂ ਇਕੱਲੇ ਹੀ ਰੇਡਾਂ ਪਾਉਂਦੇ ਸੀ ਇਕੱਲੇ ਹੀ ਜੱਫੇ ਲਾਉਂਦੇ ਸੀ ਹਨਾ ਉਹਦਾ ਫਾਇਦਾ ਹੁੰਦਾ ਜਦੋਂ ਵੱਡੇ ਪਰਦੇ ਤੇ ਕਬੱਡੀ ਚੱਲ ਜਾਂਦੀ ਆ ਭਾਜੀ ਗੱਲ ਇਹ ਆ ਵੀ ਜਦੋਂ 32 ਖੇਡਣੀ ਹੈ ਜਾਂ 35 ਖੇਡਣੀ ਹੈ ਖੇਡੋ ਕਬੱਡੀ ਨਾਲ ਜੁੜੋ ਪਰ ਇਹ ਨਾ ਹੋਵੇ ਵੀ ਆਪਾਂ 32 ਕਿਲੋ ਨੂੰ ਇੱਕ ਆਪਣੇ ਜੋਬ ਬਣਾ ਲਈਏ ਇੱਕ ਸਾਲ 32 ਖੇਡੋ ਅਗਲੇ ਸਾਲ ਘੱਟੋ ਘੱਟ 50 ਕਿਲੋ ਖੇਡੋ ਉਸ ਤੋਂ ਬਾਅਦ 70 ਖੇਡੋ ਫਿਰ ਓਪਨ ਮੇਰੇ ਚਾਚਾ ਜੀ ਸੀ ਉਹ ਮੈਨੂੰ ਇਹੀ ਸਪੋਰਟ ਕਰਦੇ ਹੋ ਮੈਨੂੰ ਜਦੋਂ ਮੈਂ ਸ਼ੁਰੂ ਤੋਂ ਖੇਡਿਆ ਜਿਵੇਂ 35 ਦਾ ਮੈਚ ਖੇਡਦਾ ਵੀ 50 ਦਾ ਖੇਡ ਲਿਆ ਲਗਾਤਾਰ 2-3 ਸਾਲਾਂ 'ਚ ਮੈਂ ਓਪਨ 'ਚ ਆ ਵੜਿਆ ਜੀ ਫਿਰ ਹਾਂਜੀ ਭਾਜੀ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਕਿਹਾ ਵੀ ਓਪਨ 'ਚ ਆ ਗਏ ਇਕੱਲੇ ਬੜੇ ਮੈਚ ਜਿੱਤੇ ਹੋਣੇ ਆ ਪਰ ਵੱਡੇ ਪ੍ਰਮੋਟਰਾਂ ਦੀ ਵੱਡੀਆਂ ਟੀਮਾਂ ਦੀ ਨਿਗਾਹ ਦੇ ਵਿੱਚ ਕਦੋਂ ਆਏ ਉਹ ਕਿਹੋ ਜਿਹਾ ਮੈਚ ਸੀਗਾ ਭਾਜੀ ਮੈਂ ਓਪਨ ਖੇਡਿਆ 7-8 'ਚ ਵੀ ਮੈਂ ਓਪਨ ਜਿੱਤਿਆ ਲੁੱਧਰ ਭਾਜੀ ਨਾਲ ਅਸੀਂ ਬੈਸਟ ਨਿਕਲਦੇ ਰਹੇ ਹਾਂ ਮਸ਼ੀਨਾਂ ਮੁੰਦੀਆਂ ਐਲਈਡੀਆਂ ਬਹੁਤ ਜਿੱਤੀਆਂ ਨੇ ਭਾਜੀ ਤੇ ਅਸਲ ਵਰਲਡ ਕੱਪ ਵੀ ਮੈਂ 2012 'ਚ ਖੇਡਿਆ ਇੰਡੀਆ ਵੱਲੋਂ ਉਸ ਤੋਂ ਬਾਅਦ ਫਿਰ ਮੈਂ 14 'ਚ ਇੰਗਲੈਂਡ ਗਿਆ ਪਿਛਲੇ ਸਾਲ ਮੈਂ ਇੰਗਲੈਂਡ ਗਿਆ ਕਿ ਇੱਧਰ ਕੈਨੇਡਾ ਆਇਆ ਅਸਲ 'ਚ ਮੈਨੂੰ ਪਲੇਟਫਾਰਮ ਮਿਲਿਆ ਜਦੋਂ ਮੈਂ ਸ਼ਾਹਕੋਟ 'ਚ ਖੇਡਿਆ ਉਹ ਵੱਡੀ ਟੀਮ ਸੀ ਸ਼ੋ ਹੋ ਗਿਆ ਟੀਮ ਸੀ ਨਾਂ ਸੀ ਭਾਜੀ ਮੈਂ ਥੈਂਕ ਯੂ ਕਰਦਾ ਸ਼ਾਹਕੋਟ ਦਾ ਲਵ ਯੂ ਉਹਨਾਂ ਨੇ ਸਦਾ ਨਾਂ ਆਪਾਂ ਹਾਂਜੀ ਜਦੋਂ ਸ਼ੁਰੂਆਤ ਕਰੀ ਕਬੱਡੀ ਤੁਸੀਂ ਕਿਹਾ ਵੀ ਘਰ ਦੇ ਵਿੱਚੋਂ ਬੜੀ ਸਪੋਰਟ ਸੀਗੀ ਅੱਜ ਵੀ ਕਰਦੇ ਸਪੋਰਟ ਅੱਜ ਕੀ ਕਹਿੰਦੇ ਜਦੋਂ ਹੁਣ ਡਿਪਾਰਟਮੈਂਟ ਤੋਂ ਵੀ ਛੁੱਟੀ ਲੈਣੀ ਪੈਂਦੀ ਹੋਣੀ ਆ ਤੇ ਘਰ ਦੇ ਕੀ ਕਹਿੰਦੇ ਵੀ ਯਾਰ ਕੰਮ ਕਰ ਲੈ ਕਬੱਡੀ ਕਰ ਲੈ ਕੀ ਕਹਿੰਦੇ ਆ ਭਾਜੀ ਦੇਖੋ ਫੈਮਿਲੀ ਆ ਬੱਚੇ ਨੇ ਦਿਲ ਤਾਂ ਮਸਾਂ ਲਾਉਣਾ ਪੈਂਦਾ ਸਾਨੂੰ ਪਤਾ ਬੱਚਿਆਂ ਨੂੰ ਨਿੱਕੇ ਨਿੱਕੇ ਬੱਚੇ ਆ ਬੇਟਾ ਮੇਰਾ 2.5-3 ਸਾਲ ਦਾ ਕੀ ਨਾਮ ਕੀ ਆ ਬੇਟੇ ਦਾ ਨਾਮ ਮੇਰਾ ਮਹਿਤਾਬ ਸਿੰਘ ਹੈ ਬੇਟੀ ਦਾ ਨਾਮ ਜਸਰਾਬੀ ਕੌਰ ਧਾਲੀਵਾਲ ਹੈ ਤੇ ਬੜਾ ਪਿਆਰ ਹੈ ਉਹਨਾਂ ਨਾਲ ਮਸਾਂ ਤੁਹਾਨੂੰ ਪਤਾ ਟਾਈਮ ਲੰਘ ਰਿਹਾ ਮਿਸ ਕਰੀ ਜਾਂਦੇ ਨੇ ਕਹਿੰਦੇ ਪਾਪਾ ਆ ਜਾਓ ਜਲਦੀ ਤੇ ਸਾਰੇ ਕਬੱਡੀ ਵਾਲੇ ਨੇ ਇਦਾਂ ਸੁਲਤਾਨ ਭਾਜੀ ਹੋਰੀ ਜਿੰਨੇ ਕਬੱਡੀ ਵਾਲੇ ਨੇ ਸਾਰੇ ਬੈਠੇ ਨੇ ਵਿਦੇਸ਼ਾਂ 'ਚ 7-7 ਹੋ ਗਿਆ 6-6 ਮਹੀਨੇ ਮਜਬੂਰੀਆਂ ਨੇ ਭਾਜੀ ਇੱਕ ਸ਼ੌਂਕ ਹੀ ਕਬੱਡੀ ਦਾ ਇਦਾਂ ਦਾ ਬੜਾ ਵਧੀਆ ਕਿਉਂਕਿ ਜਦੋਂ ਪਰਿਵਾਰ ਵੀ ਸਪੋਰਟ ਕਰਦਾ ਤੇ ਵੱਖਰੀ ਹੋ ਜਾਂਦਾ ਘਿਓ ਤੇ ਖਿਚੜੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਭਾਜੀ ਪਰਿਵਾਰ ਦੀ ਮੈਨੂੰ ਫੁੱਲ ਸਪੋਰਟ ਰਹੀ ਹੈ ਮੇਰੇ ਦਾਦਾ ਜੀ ਸਰਦਾਰ ਸਵਰਗਵਾਸੀ ਰਜਿੰਦਰ ਸਿੰਘ ਤੇ ਮੇਰੇ ਚਾਚਾ ਜੀ ਕਰਨੈਲ ਸਿੰਘ ਮੈਨੂੰ ਖਾਣ ਪੀਣ ਨੂੰ ਖੁੱਲ ਸੀ ਕੰਮ ਵੀ ਕਰਦੇ ਸੀ ਨਾ ਸਟੱਡੀ ਵੀ ਜਾਰੀ ਰੱਖੀ ਤੇ ਗੁਰੂ ਨਾਨਕ ਕਾਲਜ ਜਿਵੇਂ ਪੜਿਆ ਡੀਪੀ ਸਰ ਉਹਨਾਂ ਕੋਲੇ ਤੇ ਖੇਡਿਆ ਮੈਂ ਇੰਟਰਵਾਸੀ ਖੋ ਖੋ ਦੀ ਵੀ ਖੇਡਿਆ ਤੇ ਨੈਸ਼ਨਲ ਸਟਾਈਲ ਵੀ ਖੇਡਿਆ ਮੈਂ ਐਥਲੈਟਿਕ ਵੀ ਮੇਰੀ ਬਹੁਤ ਚੰਗੀ 100 ਮੀਟਰ ਤੇ ਬਾ ਖੇਡ ਖੇਡ ਕੇ ਸੁਣ ਲਈ ਮਾਲਕ ਨੇ ਆ ਗਏ ਜੀ ਮਾਲੇ ਜਿਵੇਂ ਕਹਾਂ ਵੀ ਮਨ ਪਸੰਦੀਦਾ ਖਿਡਾਰੀ ਜੇ ਕੋਈ ਰੇਡਰ ਤੇ ਇੱਕ ਜਾਫੀ ਕਿਹੜਾ ਵਧੀਆ ਲੱਗਦਾ ਵੀ ਯਾਰ ਆ ਖੇਡ ਟੰਬਦੀ ਆ ਖਿਡਾਰੀ ਦੀ ਭਾਜੀ ਮੈਨੂੰ ਜਾਫੀ ਲੱਗਦੇ ਨੇ ਜਿਹੜੇ ਮੂਰੇ ਹੁੰਦੇ ਨੇ ਜਿਵੇਂ ਖੁਸ਼ੀ ਹੋ ਗਿਆ ਸੰਦੀਪ ਨੰਗਲਮ ਵੀ ਆ ਗਿਆ ਜਿਹੜੇ ਮੂਰੇ ਹੋ ਕੇ ਫੜਦੇ ਆ ਤੇ ਮੇਰਾ ਫੇਵਰਟ ਰੇਡਰ ਹੈ ਮੇਰੇ ਫਾਦਰ ਸਾਹਿਬ ਦਾ ਤੇ ਮੇਰਾ ਗਲਜਾਰੀ ਮੂਨ ਕਿਆ ਬਾਤ ਹੈ ਹਾਂਜੀ ਭਾਜੀ ਖੇਡ ਵੀ ਤੁਹਾਡੀ ਥੋੜਾ ਝਲਕ ਗਲਜਾਰੀ ਵਾਲੀ ਪੈਂਦੀ ਆ ਨਾ ਮੇਰੇ ਬਾਪੂ ਦਾ ਸੁਪਨਾ ਸੀਗਾ ਜੀ ਉਹ ਗਲਜਾਰੀ ਦੇ ਮੈਚ ਬੜੇ ਵੇਂਦਾ ਸੀ ਗਲਜਾਰੀ ਇਦਾਂ ਉਹਦਾ ਸੁਪਨਾ ਸੀ ਚਲੋ ਗੁਰੂ ਮਹਾਰਾਜ ਨੇ ਬਾਹ ਫੜੀ ਮੈਂ ਵਰਲਡ ਕੱਪ ਵੀ ਖੇਡਿਆ ਤੇ ਅੱਜ ਤੁਹਾਡੇ ਸਾਹਮਣੇ ਖੇਡ ਰਿਹਾ ਮੈਨੂੰ 17-18 ਸਾਲ ਹੋ ਗਏ ਖੇਡਦੇ ਹਾਂਜੀ ਫਾਦਰ ਸਾਹਿਬ ਦਾ ਤੇ ਇੱਕ ਆਪਣੇ ਮਾਤਾ ਜੀ ਦਾ ਉਹ ਵੀ ਨਾਂ ਦੱਸੋ ਇੱਕ ਵਾਰੀ ਹਾਂਜੀ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਗਰਨੈਲ ਸਿੰਘ ਧਾਲੀਵਾਲ ਮਾਤਾ ਮੇਰੀ ਸਰਦਾਰਨੀ ਗੁਰਜੀਤ ਕੌਰ ਮਨਜੀਤ ਵਾਈਫ ਹੈ ਮੇਰੀ ਸਰਦਾਰਨੀ ਮਨਜੀਤ ਕੌਰ ਹਾਂਜੀ ਭਾਜੀ ਬਹੁਤ ਵਧੀਆ ਅਸੀਂ ਚਾਹੁੰਦੇ ਵੀ ਪਹਿਲਾਂ ਤਾਂ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਤੇ ਤੁਸੀਂ ਇਸੇ ਤਰ੍ਹਾਂ ਪੰਜਾਬ ਪੁਲਿਸ 'ਚ ਤੇ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਇਸੇ ਤਰ੍ਹਾਂ ਕਬੱਡੀ ਨਾਲ ਜੁੜੇ ਰਹੋ ਥੈਂਕ ਯੂ ਭਾਈ ਸਾਰਿਆਂ ਦਾ ਲਵ ਯੂ ਤੁਹਾਡੇ ਸੈਨ ਚੈਨਲ ਦਾ